ਜਦੋਂ ਕਰਮ ਸਵਲੜੇ ਹੋਣ ਵਾਰਸ ਖੇਤ ਉਗ ਪੈਂਦੇ ਪੁੱਜੇ ਦਾਣਿਆਂ ਦੇ 27 ਮਾਰਚ ਥੀਏਟਰ ਦਾ ਦਿਹਾੜਾ ਮੇਰੇ ਵਾਲਦ ਸਾਹਿਬ ਨੇ ਥੀਏਟਰ ਸਾਨੂੰ 1922 ਤੇ ਵਿੱਚ ਆਗਾਸ ਕੀਤਾ ਸੀ ਇਸਲਾਮੀ ਥੀਏਟਰ ਸਟਰੀਟ ਥੀਏਟਰ ਜਿਹਦੇ ਵਿੱਚ ਨਾਂ ਤੇ ਸਿਰਫ ਸਮਝੋ ਕੇ ਸਿਰਫ ਰਾਗ ਤਾਲ ਨਹੀਂ ਸੁਣ ਹੁੰਦੇ ਸੋ ਚੱਕਲੇ ਚ ਬਲਕਿ ਅਸਲ ਕਹਾਣੀਆਂ ਹੁੰਦੀਆਂ ਸਨ ਕਿ ਮੈਂ ਸਮਝੀ ਨਾ ਕੋਈ ਥੀਏਟਰ ਦੀ ਹੀ ਸਟੇਜ ਹੈ जिद्दी زینت ਸਭ ਤੋਂ ਪਹਿਲਾਂ ਵਾਰਸ਼ਾ ਦੀ ਹੀਰ ਬਣੀ ਦਾਇਮ ਇਕਬਾਲ ਦਾਇਮ ਦੀ ਸੋਹਣੀ ਬਣੀ ਕਿਉਂਕਿ ਮੇਰੇ ਵਾਲਦ ਸਾਹਿਬ ਉਹ ਪਹਿਲੇ ਲੋਕ ਸਨ ਜਿਨ੍ਹਾਂ ਨੇ ਇਸਲਾਮੀ ਸਬਜੈਕਟਾਂ ਨੂੰ ਥੀਏਟਰ ਦੇ ਸਟੇਜ ਤੇ ਕੀਤਾ ਥੀਏਟਰ ਇੱਕ ਮੀਡੀਆ ਪਾਵਰ ਗੋ ਅੱਜ ਹਰ ਪਾਸੇ ਟੀਵੀ ਇਹ ਰੇਡੀਓ ਇਹ ਬਹੁਤ ਕੁਝ ਹੈ ਲੇਕਿਨ ਥੀਏਟਰ ਥੀਏਟਰ ਹੈ ਕਿਉਂਕਿ ਥੀਏਟਰ ਦੇ ਵਿੱਚ ਅੱਛੇ ਮੁਲਾਇਮ ਲਫ਼ਜ਼ਾਂ ਦੇ ਵਿੱਚ ਬੁਰਾਈ ਦੀ تنਕੀਦ ਕੀਤੀ ਜਾਂਦੀ ਏ ਅੱਛਾਈ ਨੂੰ ਬੜਤ ਦਿੱਤੀ ਜਾਂਦੀ ਏ ਔਰ ਜਿੰਨਾ ਚੀਜ਼ਾਂ ਦੀ ਜ਼ਰੂਰਤ ਏ ਉਹ تھیٹر ਦੇ ਵਿੱਚ ਯਾਦ ਕਰਾਈਆਂ ਜਾਂਦੀਆਂ ਸਨ تھیٹر ਦੇ ਵਿੱਚ ਹੀਰਾਂਜਾ ਡਰਾਮਾ ਹੋਣਾ ਤੇ ਲੋਕਾਂ ਨੂੰ ਪਤਾ ਚੱਲਣਾ ਕਿ ਰਾਂਝੇ ਦਾ ਨਾਮ ਫਜ਼ਲ ਇਲਾਹੀ ਏ ਹੀਰ ਦਾ ਨਾਮ ਇੱਜ਼ਤ ਬੀਬੀ ਏ ਤੇ ਕੈਦੋ ਦਾ ਨਾਮ ਕੁਦਰਤੁੱਲਾ ਬਖਸ਼ੇ ਔਰ ਲੋਕਾਂ ਨੂੰ ਉਹਦੇ ਤਾਈਂ ਪਤਾ ਲੱਗਾ تھیٹر ਦੇ ਰਾਈਂ ਕਿ ਵਾਰਿਸਾ ਦੀ ਤਹਿਰੀਰ ਕੀ ਏ ਭੁੱਲੇ ਸ਼ਾ ਕੀ ਲਿਖਦਾ ਏ ਸ਼ਾਹ ਹੁਸੈਨ ਕੀ ਆਖਦਾ ਏ ਮੈਂ ਸਮਝਣਾ ਕਿ ਥੀਏਟਰ ਵਾਹਿਦ ਕੈਸੀ ਚੀਜ਼ ਸੀ ਜਿਨੇ ਸਾਰਾ ਇਲਮ ਇਕੱਠਾ ਕਰਕੇ ਇੱਕ ਸਟੇਜ ਤੇ ਲੈ ਆਂਦਾ ਔਰ ਅੱਜ ਥੀਏਟਰ ਦਾ ਆਲਮੀ ਦਿਹਾੜਾ ਮਨਾਇਆ ਜਾ ਰਿਹਾ ਹੈ ਕਿਉਂਕਿ ਮੇਰਾ ਤਾਲੁਕ ਮੇਰੇ ਬਾਉ ਜਦਾਦਾ ਥੀਏਟਰ ਨਾਲ ਏ ਮੈਨੂੰ ਤੇ ਬੜੀ ਖੁਸ਼ੀ ਹੋ ਰਹੀ ਹੈ ਕਿਉਂਕਿ ਇਹ ਥੀਏਟਰ ਵਾਲਾਂ ਦਾ ਇੱਕ ਐਸਾ ਵਕਤ ਸੀ ਕਿ ਜਦੋਂ ਇਹ ਟੀਵੀ ਨਵਾਂ-ਨਵਾਂ ਆਇਆ ਤੇ ਰੇਡੀਓ ਆਇਆ ਤੇ ਲੋਕਾਂ ਨੇ ਕਹਿਣਾ ਕਰਨਾ ਯਾਰ ਆਸ਼ਿਕ ਜੱਟ ਤੂੰ ਥੀਏਟਰ ਵਾਲਾ ਹੈ ਤੂੰ ਥੀਏਟਰ ਥੀਏਟਰ ਨਾ ਕਿਆ ਕਰ ਤੂੰ ਫਿਲਮਾਂ ਵੀ ਤੇ ਕੀਤੀਆਂ ਨੇ ਤੇ ਲੇਕਿਨ ਮੇਰੇ ਬੇ ਨੇ ਕਹਿਣਾ ਕਰਨਾ ਨਹੀਂ ਯਾਰ ਮੈਂ ਆਸ਼ਿਕ ਜੱਟ ਤੇ ਥੀਏਟਰਾ ਵਾਲਾ ਵਾਂ ਜਿੱਲਾ ਥਾਂ-ਥਾਂ ਤੇ ਜਾਂਦਾ ਸਾਂ ਤੇ ਜਾ ਕੇ ਕਿਤੇ ਸੱਸੀ ਪੁੰਨੂ ਕਿਤੇ ਮਿਰਜ਼ਾ ਸਾਹਿਬਾਂ ਕਿਤੇ ਮਲਕੀ ਕੀਮੇ ਦੀ ਗੱਲ ਸੁਣਾਉਂਦਾ ਸਾਂ ਤੇ ਅਲੀ ਜਾ ਮੈਂ ਸਮਝਣਾ ਕਿ ਜਿਹੜਾ ਮੀਡੀਆ ਅੱਜ ਚੱਲ ਰਿਹਾ ਹੈ ਜਿਹਦੇ ਚ ਟੀਵੀ ਇਹ ਰੇਡੀਓ ਇਹਦੇ ਤੇ ਵੀ ਜਿਹੜਾ ਇਲਮ ਮਹਿਫੂਜ਼ ਕੀਤਾ ਜਾ ਰਿਹਾ ਹੈ ਇਹ ਤੁਹਾਨੂੰ ਥੀਏਟਰ ਦੀ ਦੇ ਨੇ ਕਿਉਂਕਿ ਉਹ ਪੁਰਾਣੇ ਲੋਕ ਜਿਨ੍ਹਾਂ ਨੇ ਲਿਖਿਆ ਸੀ ਸ਼ਾਹੇ ਮਦੀਨਾ ਯਸਰਬ ਕੇ ਵਾਲੀ ਇਹ ਅਮਾ ਇਕਬਾਲ ਸਨ ਜਿਨ੍ਹਾਂ ਨੇ ਲਿਖਿਆ ਸੀ ਇਹ ਥੀਏਟਰ ਤੋਂ ਆਗਾਜ਼ ਹੋਇਆ ਪਹਿਲੀ ਮੰਕਬਤ ਥੀਏਟਰ ਤੇ ਰਚੀ ਕੁਆਲੀ ਥੀਏਟਰ ਦੇ ਵਿੱਚ ਰਚੀ ਔਰ ਮੈਂ ਕਿਉਂ ਨਾ ਆਖਾਂ ਕਿ ਹਮਦੁਸਨਾ ਜਿੰਨੀ ਹੋਈ ਉਸਾਰੀ تھیਟਰ ਦੀ ਸਟੇਜ ਤੋਂ ਹੋਈ ਲੋਕ ਫੋਕ ਵੀ ਲੋਕਾਂ ਨੇ ਸੁਣਿਆ ਤਸੱਵੂਫ ਵੀ ਸੁਣਿਆ ਤੇ ਬਿਲਕੁਲ ਬਹੁਤ ਕੁਛ تھیਟਰ ਦੇ ਬਾਰੇ ਕਹਿਨ ਤੇ ਬੜੇ ਰਾਗ ਨੇ ਬੜੇ ਤਾਲ ਨੇ ਬੜੇ ਡਰਾਮਿਆਂ ਦੇ ਸੀਨ ਨੇ ਲੇਕਿਨ ਮੈਂ ਕੀ ਕਹਾਂ ਮੈਂ ਸਿਰਫ ਇਹ ਕਹਾਂਗਾ ਕਿ تھیਟਰ ਵੇਖਿਆ ਕਰੋ ਲੇਕਿਨ ਜਿਹੜਾ تھیਟਰ ਹੋਵੇ ਜਿਹਦੇ ਵਿੱਚ ਬੇਟੀ ਦੀ ਇਜ਼ਮਤ ਬਾਪ ਦਾ ਪਿਆਰ ਮਾਂ ਦੀ ਸ਼ਫਕਤ ਐਸੀਆਂ ਕਹਾਣੀਆਂ ਜਿਹੜੀਆਂ ਫੈਮਿਲੀਆਂ ਨੂੰ ਮਖਾਨੀ ਐ ਚਾਹੀਦੀ ਐ ਨੇ ਔਰ ਮੈਂ ਪੈਗਾਮ ਦੇਾਂਗਾ ਆਪਣੇ ਐਕ ਕਮਰਸ਼ਲ ਥੀਟਰ ਵਾਲਿਆਂ ਨੂੰ ਕਿ ਖੁਦਾ ਦਾ ਵਾਸਤਾ ਦੇ ਥੋੜਾ ਜਿਹਾ ਸੋਚ ਕੇ ਉਹਨਾਂ ਚੀਜ਼ਾਂ ਤੇ ਰੋਸ਼ਨੀ ਪਾਓ ਜਿੰਨਾਂ ਦੀ ਅੱਜ ਜ਼ਰੂਰਤ ਹੈ ਭਰਾ ਦਾ ਭੈਣ ਦਾ ਕਦੀ ਗਾਉਨ ਹੁੰਦਾ ਸੀ ਕਦੀ ਮਾਂ ਦੀ ਤੇ ਪੁੱਤ ਦੀ ਲੋਰੀ ਹੁੰਦੀ ਸੀ ਅਲੀਜਾ ਇਹ ਸਾਰਾ ਥੀਟਰ ਦਾ ਕੰਮ ਹੈ ਤੇ ਨਵੇਂ ਫਨਕਾਰਾਂ ਨੂੰ ਚਾਹੀਦਾ ਹੈ ਕਿ ਉਹ ਪੁਰਾਣੇ ਥੀਟਰ ਵੱਲੋਂ ਵੇਖ ਕੇ ਕੁਝ ਸਿੱਖ ਕੇ ਤੇ ਕੁਝ ਕਰੋ ਤੱਕੇ ਆਉਣ ਵਾਲੇ ਵਕਤ 'ਚ ਤੁਹਾਨੂੰ ਯਾਦ ਕੀਤਾ ਜਾਏ ਜਿਵੇਂ ਮੇਰੇ ਬਾਬੋ ਜੀ ਦਾਤ ਨੂੰ ਯਾਦ ਕੀਤਾ ਜਾਂਦਾ ਹੈ ਕਿਉਂਕਿ ਉਹਨਾਂ ਨੇ ਚੰਗਾ ਕੰਮ ਕੀਤਾ ਮੇਰੇ ਵੱਲੋਂ ਜਿਨੇ ਥੀਏਟਰ ਦੇ ਫਨਕਾਰ ਨੇ ਉਹਨਾਂ ਨੂੰ ਢੇਰ ਸਾਰੀ ਮੁਬਾਰਕ ਕਿਉਂਕਿ ਆਇਦਾ ਦਿਹਾੜਾ ਇਹ ਮੰਨਿਆ ਗਿਆ ਅੱਜ ਦੁਨੀਆ ਥੀਏਟਰ ਤੇ ਦਿਹਾੜਾ ਮਨਾ ਰਹੀ ਏ ਮੈਨੂੰ ਵੀ ਖੁਸ਼ੀ ਹੋ ਰਹੀ ਏ ਤੁਸੀਂ ਵੀ ਖੁਸ਼ ਰਹੋ ਔਰ ਥੀਏਟਰ ਦੇ ਵਿੱਚ ਅੱਛੇ ਅੱਛੇ ਸਬਜੈਕਟ ਰਚਾਓ ਜਿਹੜੇ ਲੋਕ ਥੀਏਟਰ ਨਾਲ ਮੁਨਸਲਿਕੋ ਬਸ ਇਹੋ ਹੀ ਮੇਰਾ ਪੈਗਾਮ ਹੈ ਤੇ ਜਾਂਦਿਆਂ ਜਾਂਦਿਆਂ ਫਜ਼ਲ ਜੱਟ ਨੂੰ ਸਲਾਮ ਹੈ